ते हाँ जी दोस्तों थोड़ा स्वागत है आज के नवे ब्लॉग च। अज ही आए हैं कॉस्को ते आज तुम दिखेगा नवा नवा ताजा ताजा आईफोन 14 प्रो मैक्स ते आईफोन 14 प्रो ही गए सी कॉस्को च सानू दिखिया ते आई गया तुहानू भी दिखाइए नवा फोन कैवें दा है की फीचर ने ओहदे विच एकदम एकदम फास्ट डिस्प्ले दी सब कुछ ਇਹ ਤੁਸੀਂ ਤੁਹਾਡੇ ਹੱਥਾਂ 'ਚ ਇੰਨਾ ਮਤਲਬ ਵੱਡਾ ਲੱਗਦਾ ਹੈ ਨਾ ਇਹ ਸਕਰੀਨ ਇੰਨੀ ਇੱਥੇ ਤੁਸੀਂ ਜੇ ਸਟ੍ਰੀਮਿੰਗ ਕਰਦੇ ਕੋਈ ਵੀਡੀਓ ਦੇਖਦੇ ਬਹੁਤ ਤਕੜੀ ਵਾਈਬ ਆਉਂਦੀ ਹੈ ਪਰ ਇਹ ਕੈਮਰਾ ਦਿਖਾ ਰਿਹਾ ਸੀ ਮੈਂ ਕੈਮਰਾ ਬਹੁਤ ਹੀ ਵਧੀਆ ਮਤਲਬ ਕੈਮਰੇ ਦੀ ਕੁਆਲਿਟੀ ਜਿਵੇਂ 13 'ਚ ਸੀ ਨਾ ਉਹ ਤੋਂ ਡਬਲ ਟ੍ਰਿਪਲ ਹੋ ਗਈ ਹੈ ਕੈਮਰੇ ਦੀ ਕੁਆਲਿਟੀ ਮਤਲਬ ਇੰਨੀ ਤਕੜੀ ਕੈਮਰੇ ਦੀ ਕੁਆਲਿਟੀ ਹੋ ਗਈ ਹੈ ਔਰ ਇਹ ਫੋਨ ਅਸੀਂ ਵੀ ਲੈ ਰਹੇ ਹਾਂ ਅਸੀਂ ਵੀ ਲੈਵਾਂਗੇ ਬਸ ਇਹਦੀ ਹੁਣ ਅਵੇਲੇਬਿਲਟੀ ਥੋੜ੍ਹੀ ਘੱਟ ਗਈ ਹੈ ਅਤੇ ਅਸੀਂ ਵੀ ਥੋੜ੍ਹਾ ਵੇਟ ਕਰ ਰਹੇ ਸੀ ਦੇਖ ਰਹੇ ਅਸੀਂ ਆਈ ਤੁਹਾਡਾ AOD ਦੇਖੋ ਇਹ ਫੋਨ ਦਾ ਕਿੰਨਾ ਤਗੜਾ ਹੈ ਇਹ ਮਤਲਬ ਤੁਸੀਂ ਜਦ ਫੋਨ ਦਾ ਦੂਸਰਾ ਯੂਜਰ ਜੀ ਬੈਕਗਰਾਉਂਡ ਯੂਜ਼ ਕਰਦੇ ਹੋ ਤਾਂ ਤੁਹਾਨੂੰ ਇਹਦਾ ਬੈਕਗਰਾਉਂਡ ਬਲਰ ਹੋ ਜਾਂਦਾ ਹੈ ਹੁਣ ਇਹ ਤੁਹਾਨੂੰ ਸੈਟਿੰਗ 'ਚ ਜਾ ਕੇ ਦਿਖਾਵਾਂਗੇ ਅਬਾਊਟ 'ਚ ਕੀ ਹੈ ਕਿਹੜਾ ਮਾਡਲ ਹੈ ਆਈਫੋਨ 14 ਪ੍ਰੋ ਮੈਕਸ ਤੁਸੀਂ ਦੇਖ ਸਕਦੇ ਹੋ ਸਾਹਮਣੇ ਇੱਕਦਮ ਮਤਲਬ ਇੱਕ ਅਮੇਜ਼ਿੰਗ ਮਤਲਬ ਇੱਕ ਨਵਾਂ ਐਪਲ ਜਦ ਵੀ ਨਵਾਂ ਫੋਨ ਲਾਂਚ ਕਰਦਾ ਕੁਛ ਨਾ ਕੁਛ ਤਗੜਾ ਹੀ ਜਾ ਕੇ ਆਉਂਦਾ ਹੈ ਦੇਖ ਸਕਦੇ ਹੋ ਨਹੀਂ ਫਿਰ ਤੁਹਾਨੂੰ ਦਿਖਾਵਾਂਗੇ ਇੱਕ ਵਾਰ ਤਾਕਿ ਤੁਹਾਨੂੰ ਅੱਛੇ ਤਰੀਕੇ ਤਸੱਲੀ ਹੋ ਜਾਏ ਕਿ ਫੋਨ ਵਧੀਆ ਘਟੀਆ ਅਤੇ ਲਓ ਗਾਈਸ ਲੈਣਾ ਚਾਹੁੰਦੇ ਹੋ ਤਾਂ ਲੈ ਸਕਦੇ ਹੋ ਤੁਸੀਂ ਨਹੀਂ ਲੈਣਾ ਚਾਹੁੰਦੇ ਤਾਂ ਦੋਸਤੋ ਤੁਸੀਂ ਇਹਨੂੰ ਲਓ ਅਤੇ ਅਸੀਂ ਵੀ ਜਾਵਾਂਗੇ ਤੁਹਾਨੂੰ ਦਿਖਾਵਾਂਗੇ ਸ਼ੋਅ ਕਰਾਂਗੇ ਅਨਬੋਕਸਿੰਗ ਦਾ ਵੀ ਵਲੌਗ ਪਾਵਾਂਗੇ ਅਤੇ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਅਤੇ ਸ਼ੇਅਰ ਕਰੋ ਜ਼ਰੂਰ ਦੋਸਤੋ ਥੈਂਕ ਯੂ।